ਬਠਿੰਡਾ ਵਿੱਚ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ, ਜਿਨ੍ਹਾਂ ਵਿੱਚ ਸੀਟ ਬੈਲਟ, ਪ੍ਰੈਸ਼ਰ ਹੌਰਨ, ਹੈਲਮਟ ਅਤੇ ਲਾਇਸੈਂਸ ਨਾ ਹੋਣ ਕਾਰਨ ਉਹਨਾਂ ਦੇ ਚਲਾਨ ਕੱਟੇ ਗਏ। ਬਠਿੰਡਾ ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਜਗਤਾਰ ਸਿੰਘ ਜੀ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਵੀ ਜਾਗਰੂਕ ਕਰਵਾਇਆ। ਬਠਿੰਡਾ ਤੋਂ ਹਰਪ੍ਰੀਤ ਸਿੰਘ ਦੀ ਰਿਪੋਰਟ। ਕੀ ਨਾਮ ਹੈ ਜੀ? ਮੇਰਾ ਨਾਮ ਜਗਤਾਰ ਸਿੰਘ, ਸਬ ਇੰਸਪੈਕਟਰ ਹਾਂ ਮੈਂ। ਟ੍ਰੈਫਿਕ ਪੁਲਿਸ ਬਠਿੰਡਾ 'ਚ ਬਤੌਰ ਸਬ ਇੰਸਪੈਕਟਰ ਲੱਗਿਆ ਹੋਇਆ ਹਾਂ। ਅਤੇ ਸਰ, ਜਿਹੜਾ ਤੁਸੀਂ ਅੱਜ ਇੱਥੇ ਮਾਨਸਾ ਰੋਡ 'ਤੇ ਚਲਾਨ ਕੱਟ ਰਹੇ ਹੋ ਬਠਿੰਡੇ ਤੋਂ ਨਿਕਲਦਿਆਂ ਸਾਰ ਹੀ, ਉਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ? ਇਹ ਚਲਾਨ ਮਾਣਯੋਗ ਐਸ ਐਸ ਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ, ਐਸ ਪੀ ਸਾਡੇ ਟ੍ਰੈਫਿਕ ਨੇ ਉਹਨਾਂ ਦੀਆਂ ਹਦਾਇਤਾਂ, ਡੀ ਐਸ ਪੀ ਟ੍ਰੈਫਿਕ ਦੇ ਹਦਾਇਤਾਂ ਦੇ ਅਨੁਸਾਰ ਜਿਹੜੀਆਂ ਹੈਲਮਟ ਔਰ ਸੀਟ ਬੈਲਟ ਜੇ ਅਸੀਂ ਚਲਾਨ ਕਰ ਰਹੇ ਹਾਂ, ਔਰ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਆ ਉਹਨਾਂ ਦੇ ਮੂੰਹ ਖਿਲਾਉਣ ਦੀਆਂ ਹਦਾਇਤਾਂ ਵੀ ਕਰ ਰਹੇ ਹਾਂ, ਉਹਨਾਂ ਨੂੰ ਵੀ ਮੂੰਹ ਬੰਨ੍ਹ ਕੇ ਨਹੀਂ ਚੱਲਣਾ। ਦੂਸਰਾ, ਇਹ ਜਿਹੜਾ ਸਾਡਾ ਸੀਟ ਬੈਲਟ ਔਰ ਹੈਲਮਟ ਦਾ, ਅਸੀਂ ਤਕਰੀਬਨ 1.5-2 ਮਹੀਨੇ ਤੋਂ ਇਹ ਰੈਗੂਲਰ ਕੰਮ ਕਰ ਰਹੇ ਹਾਂ, ਲੋਕਾਂ ਨੂੰ ਜਾਗਰਿਤ ਵੀ ਕਰ ਰਹੇ ਹਾਂ ਵੀ ਤੁਸੀਂ ਸੀਟ ਬੈਲਟ ਲਾਓ, ਜਿਹਦੇ ਨਾਲ ਤੁਹਾਡੀ ਜ਼ਿੰਦਗੀ ਬਚ ਸਕਦੀ ਹੈ। ਹੈਲਮਟ ਨਾਲ ਪਹਿਨਣ ਨਾਲ ਵੀ ਜ਼ਿੰਦਗੀ ਹੈ ਜਿਹੜੀ ਉਹ ਬਚ ਸਕਦੀ ਹੈ, ਇਹੀ ਜ਼ਿਆਦਾ ਅਸੀਂ ਹਦਾਇਤਾਂ ਕਰ ਰਹੇ ਹਾਂ, ਔਰ ਚਲਾਨ ਵੀ ਅਸੀਂ ਇਸੇ ਕਰਕੇ ਕਰ ਰਹੇ ਹਾਂ ਵੀ ਲੋਕ ਜ਼ਿਆਦਾ ਜਾਗਰਿਤ ਹੋ ਜਾਣ। ਸਰ, ਕੋਈ ਇਹੋ ਜਿਹਾ ਵੀ ਤੁਹਾਡੇ ਕੋਲ ਸਿਸਟਮ ਹੈਗਾ ਗਾ ਕਿ ਜੇ ਕੋਈ ਬੰਦਾ ਬਾਹਰ ਦਾ ਹੈਗਾ ਗਾ ਉਹਦੇ ਚਲਾਨ ਬਣਦਾ ਹੈਗਾ, ਉਹਦਾ ਤੁਸੀਂ ਚਲਾਨ ਸਰ ਮੌਕੇ 'ਤੇ ਵੀ ਭਰਵਾ ਲੈਂਦੇ ਹੋ? ਉਹਦਾ ਚਲਾਨ ਹੈਗਾ ਸਾਡੇ ਕੋਲ, ਜਿਵੇਂ ਕਿ ਅਸੀਂ ਜਿੱਤ ਗਏ ਉਹਦੇ ਹੈਲਮਟ ਨਹੀਂ ਲੈਂਦਾ, ਅਸੀਂ 300 ਰੁਪਏ ਦਾ ਨਕਦ ਚਲਾਨ ਕਰਦੇ ਹਾਂ, ਔਰ ਉਹਨਾਂ ਨੂੰ ਰਸੀਦ। ਅੱਛਾ, ਉਹਦਾ ਭੁਗਤਾਨ ਕਰਕੇ ਨਾਲ ਦੀ ਨਾਲ ਰਸੀਦ ਦੇ ਦਿੰਦੇ ਹਾਂ? ਅਸੀਂ ਰਸੀਦ ਵੀ ਦਿੰਦੇ ਹਾਂ 300 ਰੁਪਏ। ਅਤੇ ਸਰ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਹਿੰਮ ਜਾਰੀ ਰਹੂਗੀ ਜੀ? ਹਾਂਜੀ, ਇਹ ਮੁਹਿੰਮ ਸਾਡੇ ਅਫਸਰ ਸਾਹਿਬਾਨਾਂ ਦੇ ਹੁਕਮਾਂ ਦੇ ਮੁਤਾਬਕ ਰੈਗੂਲਰ ਹੀ ਰਹੂ।